ਹੈਲੋ ਗਾਇਜ਼ ਤੁਹਾਡਾ ਮੇਰੇ ਚੈਨਲ ਤੇ ਮੋਸਟ ਵੈਲਕਮ ਹੈਗਾ ਅੱਜ ਮੈਂ ਤੁਹਾਨੂੰ ਐਲਸੀਐਮ ਤੇ ਐਚसीएफ ਵਿੱਚ ਡਿਫਰੈਂਸ ਬਾਰੇ ਦੱਸੂਗੀ ਜਿਹੜੇ ਬੱਚਿਆਂ ਨੂੰ ਐਲਸੀਐਮ ਤੇ ਐਚਸੀਐਮ ਦੇ ਵਿੱਚ ਡਿਫਰੈਂਸ ਬਾਰੇ ਨਹੀਂ ਪਤਾ ਹੈਗਾ ਠੀਕ ਹੈ ਸਭ ਤੋਂ ਪਹਿਲਾਂ ਡੈਫੀਨੇਸ਼ਨ ਐਲਸੀਐਮ ਦੀ ਡੈਫੀਨੇਸ਼ਨ ਕੀ ਹੁੰਦੀ ਹੈਗੀ ਆ ਐਲਸੀਐਮ ਦੀ ਡੈਫੀਨੇਸ਼ਨ ਐਲ ਫਾਰ ਲੀਸਟ ਸੀ ਫਾਰ ਕਾਮਨ ਐਮ ਫਾਰ ਮਲਟੀਪਲ ਓਕੇ ਐਚਸੀਐਫ ਦੀ ਡੈਫੀਨੇਸ਼ਨ ਐਚ ਫਾਰ ਹਾਈਐਸਟ ਸੀ ਫਾਰ ਕਾਮਨ ਐਫ ਫਾਰ ਫੈਕਟਰ ਫੋਰ ਐਗਜ਼ਾਮਪਲ ਜਿਵੇਂ ਆਪਾਂ ਟਵੈਲਵ ਔਰ 18 ਦਾ ਐਚ ਸੀ ਐਫ ਐਲ ਸੀ ਐਮ ਕੱਢਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਟਵੈਲਵ ਔਰ 18 ਦਾ ਐਲ ਸੀ ਐਮ ਕੱਢਾਂਗੇ ਠੀਕ ਹੈ ਟਵੈਲਵ ਔਰ 18 ਦੋਵੇਂ ਹੀ ਸਾਡੇ 2 ਦੇ ਟੇਬਲ ਤੇ ਜਾਂਦੇ ਹੈਗੇ ਆ ਠੀਕ ਹੈ 2 6 ਆ ਟਵੈਲਵ 2 9 ਦਾ 18 ਨੈਕਸਟ 6 ਔਰ 9 ਸਾਡੇ 3 ਦੇ ਟੇਬਲ ਤੇ ਜਾਂਦੇ ਹੈਗੇ 3 2 ਦਾ 6 3 3 ਦਾ 9 ਠੀਕ ਹੈ ਇਹਨੂੰ ਆਪਾਂ ਉਦੋਂ ਤੱਕ ਸੋਲਵ ਕਰਨਾ ਜਦ ਤੱਕ ਸਾਡਾ ਨੀਚੇ 1 ਨਹੀਂ ਆ ਜਾਂਦਾ ਠੀਕ ਹੈ then lcm ਦੀ ਡੈਫੀਨੇਸ਼ਨ ਤੁਸੀਂ ਪੜ੍ਹੀ ਸਗੀ ਕੀ ਹੁੰਦੀ ਹੈ ਲੀਸਟ ਕਾਮਨ ਮਲਟੀਪਲ ਠੀਕ ਹੈ 2 3 ਮਲਟੀਪਲਾਈ 2 3 2 3 ਦਾ 6 6 ਤੋਂ 12 12 ਤੋਂ 3 ਦਾ 36 ਸੋ so, ਸਾਡਾ lcm ਕੀ ਆ ਗਿਆ 36 ਨੈਕਸਟ ਹੈਗਾ ਆਪਣਾ hcf ਠੀਕ ਹੈ hcf ਸਾਡਾ 12 ਤੇ 18 ਦਾ ਠੀਕ ਹੈ hcf 2 ਦੇ ਟੇਬਲ ਤੇ ਜਾਏਗਾ ਸਭ ਤੋਂ ਪਹਿਲਾਂ 6 ਔਰ 9 ਫਿਰ ਜਾਏਗਾ ਆਪਣਾ 3 ਦੇ ਟੇਬਲ ਤੇ 3 2 ਦਾ 6 3 3 ਦਾ 9 ਠੀਕ ਹੈ ਐਸੀਐਫ ਚ ਇਹ ਹੁੰਦਾ ਹੈਗਾ ਕਿ ਇਹਦੇ ਵਿੱਚ ਸਾਡਾ ਕਾਮਨ ਆਲਰੇਡੀ ਆ ਚੁੱਕਿਆ ਹੈਗਾ ਇਹਦੇ ਵਿੱਚ ਆਪਾਂ 1 1 ਨਹੀਂ ਕੱਢਣਾ ਹੈ ਜਿਹੜਾ ਸਾਡਾ ਕਾਮਨ ਆ ਗਿਆ ਹੈਗਾ ਕਿਉਂਕਿ ਐਸੀਐਫ ਦੀ ਡਿਫੀਨੇਸ਼ਨ ਹੁੰਦੀ ਹੈ ਹਾਈਐਸਟ ਕਾਮਨ ਫੈਕਟਰ ਕਾਮਨ ਕੀ ਆਇਆ ਆਪਣਾ 2 3 ਔਰ ਸੌਰੀ 2 3 ਮਲਟੀਪਲਾਈ 2 3 ਠੀਕ ਹੈ 2 ਔਰ 2 ਆਪਣਾ ਕਾਮਨ 3 اور 3 कॉमन 3 टू द 6 htf کی اگے اپنا 6 ٹھیک ہے بچو